ਨਬੀ ਅਲੈਹਿ ਸਲਾਮ ਕੋਲ ਲੋਕ ਭੁੱਖੇ ਨੰਗੇ ਆਏ, ਲੋਕ ਆਉਂਦੇ ਰਹੇ ਭੁੱਖੇ ਅਤੇ ਨੰਗੇ, ਮਸਕੀਨ ਅਤੇ ਗਰੀਬ, ਅਤੇ ਸ਼ਹਿਨ ਸ਼ਾਹ ਹੋ ਕੇ ਜਾਂਦੇ ਰਹੇ। ਇੱਕ ਸ਼ਹਿਨ ਸ਼ਾਹਜ਼ਾਦੀ ਹਬਸ਼ ਦੀ ਮਲਕਾ ਨਾਮ ਸੀ ਉਹਨਾਂ ਦਾ ਮਹਿਮੂਨਾ, ਉਹ ਦਿਲ ਨੂੰ ਆਉਂਦੀ ਹੈ, ਇਹ ਦਿਲ ਸੋਨਾ ਕੋਲ, ਚਾਂਦੀ ਕੋਲ, ਜਵਾਹਰਾਤ ਕੋਲ, ਮੁਮਲਿਕਤ ਦੀ ਮਾਲਕ ਆ, ਅਤੇ ਕੀ ਗੱਲ ਹੈ ਸਕੂਨ ਕਿਉਂ ਨਹੀਂ ਮਿਲ ਰਿਹਾ। ਦਿਲ ਨੇ ਆਖਿਆ ਅਗਰ ਸਕੂਨ ਚਾਹੀਦਾ ਹੈ ਤਾਂ ਉਹ ਤਾਂ ਉੱਠੋ ਫਿਰ ਸੱਚਿਆਂ ਕੋਲ ਚੱਲੀਏ। ਸੁਭਾਨ ਅੱਲਾਹ। ਸਹਿਨ ਸਹੀ ਛੱਡ ਦਿੱਤੀ ਕਿ ਸਾਰੇ ਪ੍ਰੋਟੋਕੋਲ ਛੱਡ ਦਿੱਤੇ ਅਤੇ ਨਬੀ ਕਰੀਮ ਦੀ ਖਿਦਮਤ ਵਿੱਚ ਹਾਜ਼ਰ ਹੋ ਗਏ। ਨਬੀ ਕਰੀਮ ਨੇ ਫਰਮਾਇਆ, ਮਹਿਮੂਨਾ ਅੱਜ ਤੋਂ ਬਾਅਦ ਤੇਰਾ ਨਾਮ ਹੈ ਫਿਜ਼ਾ ਅਤੇ ਤੂੰ ਮੇਰੀ ਬੇਟੀ ਹੈ। ਅੱਲਾਹੁ ਅਕਬਰ। ਇਹਦੇ ਉੱਤੇ ਕਿਹੜਾ ਪ੍ਰੋਟੋਕੋਲ ਹੈ ਕਿ ਸੁਲਤਾਨ ਏ ਮਦੀਨਾ ਫਰਮਾਨ ਕਿ ਤੂੰ ਮੇਰੀ ਬੇਟੀ ਹੈ। ਅੱਲਾਹੁ ਅਕਬਰ। ਇਹਦੇ ਉੱਤੇ ਕੋਈ ਸ਼ਾਨ ਹੋ ਸਕਦੀ ਹੈ? ਅਤੇ ਆਪਨੇ ਫਰਮਾਇਆ ਡਿਊਟੀ ਤੇਰੀ ਸਿਰਫ ਇੰਨੀ ਹੈ ਕਿ ਤੂੰ ਮੇਰੀ ਬੇਟੀ ਫਾਤਿਮਾ ਤੋਂ ਜ਼ਹਰਾ ਦੀ ਖਿਦਮਤ ਕਰਨੀ ਹੈ। ਉਸ ਤੋਂ ਬਾਅਦ ਇਮਾਮ ਹਸਨ ਅਤੇ ਹੁਸੈਨ ਵਾਸਤੇ ਖਾਣੇ ਤਿਆਰ ਕਰਨੇ, ਇਹ ਡਿਊਟੀ ਹੈ। ਹਜ਼ਰਤ ਮਹਿਮੂਨਾਂ ਨੇ ਸੁਬਹ ਉੱਠਣਾ, ਵਜ਼ੂ ਕਰਕੇ ਨਬੀ ਪਾਕ ਦੀ ਨਾਲੈਨ ਪਾਕ ਨੂੰ ਸਾਫ਼ ਕਰਨਾ, ਅਤੇ ਇੱਥੇ ਕਰਕੇ ਨਾ ਕਰਨਾ, ਇੱਥੇ ਕਰਕੇ ਕਰਨਾ ਕਿ ਤਾਂ ਕਿ ਨਬੀ ਪਾਕ ਦੀ ਨਾਲੈਨ ਦੀ ਖਾਕ ਮੇਰੇ ਸਿਰ ਦਾ ਤਾਜ ਬਣ ਜਾਏ। ਅਤੇ ਜਿਸ ਵੇਲੇ ਨਾਲੈਨ ਮੁਸਤਫਾ ਸਾਫ਼ ਕਰ ਲੈਣੀ ਨਾ, ਅਤੇ ਹਜ਼ਰਤ ਫਿਜ਼ਾ ਨੇ ਫਖਰ ਮਹਿਸੂਸ ਕਰਨਾ ਕਿ ਮੈਂ ਤਾਂ ਬੜੀ ਉੱਚੀ ਹੋ ਗਈ ਹਾਂ, ਮੇਰੇ ਸਿਰ ਵਿੱਚ ਹਜ਼ੂਰ ਦੇ ਜੋੜੇ ਦੀ ਖਾਕ ਹੈ। ਉਹਨਾਂ ਦੇ ਮੁਲਕ ਦੇ ਲੋਕ ਆਏ ਕਿ ਚੱਲ ਕੇ ਵੇਖੀਏ ਸਾਡੀ ਸ਼ਹਿਨਸ਼ਾਹਜ਼ਾਦੀ ਉਹ ਕਿਹੜੇ ਹਾਲ ਵਿੱਚ ਹੈ। ਉਹ ਮਦੀਨੇ ਵਾਲਿਆਂ ਦੀ ਜਾ ਕੇ ਨੌਕਰ ਹੋ ਗਈ ਹੈ, ਉਹਨਾਂ ਦੇ ਜਾ ਕੇ ਬਰਤਨ ਧੋਣ ਲੱਗ ਪਈ। ਉਹਨਾਂ ਆ ਕੇ ਵੇਖਿਆ, ਉਹਨਾਂ ਆਖਿਆ ਕਿ ਫਿਜ਼ਾ ਇਹ ਤੇਰੇ ਸਿਰ ਵਿੱਚ ਧੂੜ ਪਈ ਹੈ। ਅਤੇ ਆਪਨੇ ਫਰਮਾਇਆ, ਇਹ ਗਰਦ ਰਸੂਲ ਦੇ ਵਿਹੜੇ ਦੀ ਮੇਰੇ ਸਿਰ ਦਾ ਬਣ ਗਈ ਤਾਜ ਹੈ। ਸੁਭਾਨ ਅੱਲਾਹ। ਮੈਂ ਚਾਰੂ ਕਸਦਰ ਫਾਤਿਮਾ ਦੀ ਮੇਰੇ ਲਈ ਮੇਰਾਜ। ਤੇ ਫਿਜ਼ਾ ਕਹਿੰਦੇ ਨੇ ਚਮਕਦਾਰ ਚਾਂਦੀ ਦੀ ਖਾਲਕਾ ਨੂੰ। ਤੇ ਹਜ਼ੂਰ ਨੇ ਫਰਮਾਇਆ ਤੇਰਾ ਨਾਮ ਫਿਜ਼ਾ ਹੈ, ਤੇ ਫਿਜ਼ਾ ਆਪਨੇ ਕਿਉਂ ਰੱਖਿਆ? ਬਾਤ ਮੈਂ ਕਰਦਾ ਜਾਵਾਂ, ਨਬੀ ਪਾਕ ਨੇ ਵੀ ਰੋਜ਼ਾ ਰੱਖਣਾ, ਆਪਦੀ ਆਲ ਨੇ ਵੀ ਰੋਜ਼ੇ ਰੱਖਣੇ, ਤੇ ਸਰਕਾਰੇ ਫਿਜ਼ਾ ਨੂੰ ਇਹ ਖਿਆਲ ਆਇਆ ਕਿ ਇਹ ਫਾਕੇ ਕਰਦੇ ਨੇ, ਇਹ ਸ਼ਹਿਨਸ਼ਾਹ ਜਿਹੜੇ ਨੇ ਫਾਕੇ ਕਰਦੇ ਨੇ, ਸ਼ਾਇਦ ਗੱਲੇ ਦੀ ਕਮੀ ਹੈ। ਹਾਏ ਹਾਏ ਹਾਏ। ਅਤੇ ਹਜ਼ਰਤ ਫਾਤਿਮਾ ਤੋਂ ਜ਼ਹਰਾ ਨਮਾਜ਼ ਪੜ੍ਹ ਰਹੇ ਸਨ, ਨਮਾਜ਼ ਪੜ੍ਹ ਕੇ ਨਾ ਉਧਰ ਖਿਆਲ ਆਇਆ ਹਜ਼ਰਤ ਫਿਜ਼ਾ ਨੂੰ, ਨਬੀ ਪਾਕ ਦੀ ਬੇਟੀ ਨਮਾਜ਼ ਤੋਂ ਫਾਰਗ ਹੋ ਕੇ ਆਉਂਦੇ ਨੇ, ਭੈਣ ਫਿਜ਼ਾ ਉਹ ਜਾ ਨਮਾਜ਼ ਉਠਾ ਕੇ ਲਿਆਓ। ਉਹ ਜਾ ਨਮਾਜ਼ ਉਠਾਇਆ ਅਤੇ ਹੇਠਾਂ ਸਮੁੰਦਰ ਦੀ ਨਜ਼ਰੀ ਆਇਆ। ਸੁਭਾਨ ਅੱਲਾਹ। ਅਤੇ ਸਮੁੰਦਰ ਵਿੱਚ ਕੀ ਹੈ? ਸੋਨੇ ਚਾਂਦੀ ਦੀਆਂ ਮਛਲੀਆਂ, ਜਵਾਹਰਾਤ,
ਹੀਰੇ ਅਤੇ ਨਬੀ ਕਰੀਮ ਦੀ ਬੇਟੀ ਨੇ ਫਰਮਾਇਆ ਕਿ ਭੈਣ ਫਿਜ਼ਾ ਜਿੰਨਾ ਮਾਲ ਚਾਹੀਦਾ ਚੁੱਕ ਲਓ। ਉਹਨਾਂ ਕਿਹਾ ਹੈ ਇਹ ਜਿਹੜਾ ਮੈਨੂੰ ਖਿਆਲ ਆ ਰਿਹਾ ਸੀ ਇਹ ਤਾਂ ਉਹ ਬਾਤ ਹੋ ਰਹੀ ਹੈ ਅਤੇ ਸਰਕਾਰ ਫਿਜ਼ਾ ਨੂੰ ਖਿਆਲ ਆਇਆ ਕਿ ਮੈਂ ਜੋ ਚਾਂਦੀ ਬਣਾ ਲੈਂਦੀ ਹਾਂ ਅਤੇ ਮੈਂ ਚਾਂਦੀ ਬਣਾ ਕੇ ਵੇਚ ਕੇ ਅਤੇ ਕੁਝ ਖਾਣਾ ਪੀਣਾ ਲਿਆਵਾਂ ਕਰ ਅਤੇ ਹਜ਼ਰਤ ਫਾਤਿਮਾ ਤੋਂ ਜ਼ਹਰਾ ਨੇ ਉਹਨਾਂ ਨੂੰ ਦੱਸਿਆ ਕਿ ਕੁੱਲ ਕਾਇਨਾਤ ਦਾ ਮਾਲਕ ਮੇਰਾ ਬਾਬਾ ਸੁਭਾਨ ਅੱਲਾਹ। ਇਹਦੇ ਸੋਨੇ ਚਾਂਦੀ ਦੀ ਨਹੀਂ ਲੋੜ ਅਤੇ ਪਾਕ ਫਿਜ਼ਾ ਆਪਣੇ ਮੁਲਕ ਦੇ ਲੋਕਾਂ ਨੂੰ ਆਉਂਦੇ ਨੇ ਕੀਤੀ ਸਾਈਆਂ ਫਾਤਿਮਾ ਤੋਂ ਜ਼ਹਰਾ ਅਤੇ ਹੈਦਰ ਕਰਾਰ ਅੱਗੇ ਅਰਜ਼ ਕਰ ਲਈ ਕਿ ਯਾ ਮੌਲਾ ਤੁਹਾਡੀ ਤਾਂ ਨੌਕਰ ਹਨ ਅਤੇ ਉਹਨਾਂ ਦੋਵਾਂ ਹਸਤੀਆਂ ਫਰਮਾਉਣਾ ਨਾ ਤੂੰ ਸਾਡੀ ਭੈਣ ਹੈ ਅਤੇ ਜੇ ਇਮਾਮ ਹਸਨ ਅਤੇ ਹੁਸੈਨ ਅੱਗੇ ਅਰਜ਼ ਕਰਨੀ ਕਿ ਸ਼ਹਿਜ਼ਾਦੇ ਉਹ ਤੁਹਾਡੀ ਤਾਂ ਨੌਕਰ ਹਨ ਅਤੇ ਉਹਨਾਂ ਨੇ ਫਰਮਾਉਣਾ ਇੰਝ ਕਰਕੇ ਨਾ ਤੂੰ ਤਾਂ ਸਾਡੀ ਮਾਂ ਹੈ ਸੁਭਾਨ ਤੇ ਪਾਕ ਫਿਜ਼ਾ ਫਰਮਾਉਂਦੇ ਨੇ ਕਰਬ ਬਤੂਲ ਕੀਤਾ ਇਹ ਕਰਬ ਬਤੂਲ ਕੀਤਾ ਮਨ ਚਾ ਕਬੂਲ ਕੀਤਾ ਇਜਾਜ਼ਤ ਲੈ ਕੇ ਅੰਦਰ ਆਉਂਦੇ ਨੇ ਮੈਂ ਉਸ ਪਾਕ ਬੀਬੀ ਦੇ ਸਾਹਮਣੇ ਬੈਠੀ ਰਹਿੰਦੀ ਹਾਂ ਸੁਭਾਨ ਅੱਲਾਹ ਕਿ ਜਿਹਦਾ ਨਬੀ ਕਰੀਮ ਵੀ ਉੱਠ ਕੇ ਇਸਤਕਬਾਲ ਕਰਦੇ ਨੇ ਮੈਂ ਉਸ ਸਜਦਾ ਦੇ
ਹਰ ਵੇਲੇ ਰੂਬਰੂ ਹੋਣੀ ਆ। ਇੰਨਾ ਮਾਂ ਦੇ ਘਰ ਵਿੱਚ ਰਹਿ ਕੇ, ਇੰਨਾ ਮਾਂ ਦੇ ਘਰ ਵਿੱਚ ਰਹਿ ਕੇ, ਇੰਨਾ ਮਾਂ ਦਾ ਮਤਲਬ ਕੀ? ਇੰਨਾ ਮਾਂ ਦੀ ਆਇਤ ਸ਼ੁਰੂ ਹੁੰਦੀ ਹੈ ਕੁਰਾਨ ਮਜੀਦ ਚ, ਇੰਨਾ ਮਾਂ ਅੱਲਾ ਫਰਮਾਨਦਾ ਮੁਹੰਮਦ ਤੇ ਮੁਹੰਮਦ ਦੀ ਆਲ ਨੂੰ ਮੈਂ ਇੰਜ ਪਾਕ ਰੱਖਿਆ ਕਿ ਪਾਕ ਕੀਤਾ ਨਹੀਂ ਕਿ ਪਾਕ ਉਹਨੂੰ ਕਰੀਦਾ ਕਿ ਜਿਹੜਾ ਅੱਗੇ ਪਾਕ ਨਾ ਹੋਵੇ। ਅੱਲਾ ਨੇ ਇੰਜ ਪਾਕ ਰੱਖਿਆ ਜਿਵੇਂ ਪਾਕ ਰੱਖਣ ਦਾ ਹੱਕ ਹੈ। ਤੇ ਪਾਕ ਫਿਜ਼ਾ ਫਰਮਾਉਂਦੇ ਨੇ ਮੈਂ ਪਾਕਾਂ ਦੇ ਪਾਕ ਵਿੱਚ ਹੁੰਦੀ ਹੈ। ਇੰਨਾ ਮਾਂ ਦੇ ਘਰ ਵਿੱਚ ਰਹਿ ਕੇ ਕੋਲ ਬਥੂਲ ਦੇ ਬਹਿ ਕੇ, ਇੰਨਾ ਮਾਂ ਦੇ ਘਰ ਜਿੱਥੇ ਹਸਨ ਹੁਸੈਨ ਨੂੰ ਚਾਇਆ, ਜਿੱਥੇ ਬਹਿ ਕੇ ਮੈਂ ਉਹਨਾਂ ਨੂੰ ਖਿਡਾਇਆ। ਜਦੋਂ ਵਾਲਾਂ ਨਾਲ ਝਾੜੂ ਦੇਣਾ ਤੇ ਨਬੀ ਪਾਕ ਦੇ ਪਾਕ ਵਿਹੜੇ ਦੀ ਪਾਕ ਖਾਕ ਉੱਡ ਕੇ ਸਿਰ ਚ ਪੈਣੀ, ਪਾਕ ਸਿਰ ਵਿੱਚ ਪੈਣੀ। ਹਾਏ ਹਾਏ, ਖਾਕ ਵੀ ਪਾਕ, ਵਿਹੜਾ ਵੀ ਪਾਕ ਤੇ ਘਰ ਵਾਲੇ ਵੀ ਪਾਕ ਤੇ ਜਿਹਦੇ ਸਿਰ ਵਿੱਚ ਪੈ ਰਹੀ ਉਹ ਸਿਰ ਵੀ ਪਾਕ, ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਕ। ਤੇ ਪਾਕ ਫਿਜ਼ਾ ਫਰਮਾਉਂਦੇ ਇਸ ਦਰ ਤੇ ਜ਼ਿੰਦਗੀ ਸਾਰੀ ਕਿਤੇ ਵਾਲਾ ਨਾਲ ਬਹਾਰੀ, ਸਰਕਾਰ ਸਲਮਾਨ ਫਾਰਸੀ ਨਬੀ ਪਾਕ ਦੇ ਆਸ਼ਕ ਔਰ ਸਿਹਾਬੀ ਵੀ ਔਰ ਏਡੇ ਪਿਆਰੇ ਸਿਹਾਬੀ ਕਿ ਹਜ਼ੂਰ ਨੇ ਫਰਮਾਇਆ ਸਲਮਾਨ ਤੂੰ ਮੇਰੀ ਆਲ ਚੋ, ਇੰਨੇ ਪਿਆਰੇ ਸਿਹਾਬੀ। ਉਹ ਇੱਕ ਦਿਨ ਹਜ਼ਰਤ ਫਿਜ਼ਾ ਨੂੰ ਆਉਂਦੇ ਨੇ ਕਿ ਭੈਣ ਫਿਜ਼ਾ ਇੱਥੇ ਲੋਕ ਆਉਂਦੇ ਨੇ ਭੁੱਖੇ ਪਿਆਸੇ ਅਤੇ ਸ਼ਹਿਨਸ਼ਾਹ ਹੋ ਕੇ ਟੁੱਟ ਜਾਂਦੇ ਨੇ ਅਤੇ ਤੂੰ ਤਾਂ ਅੱਗੇ ਹੀ ਸ਼ਹਿਨਸ਼ਾਹ ਸਾਂ, ਤੂੰ ਕਿਉਂ ਸ਼ਹਿਨਸ਼ਾਹ ਹੀ ਛੱਡ ਕੇ ਆ ਗਈ? ਅਤੇ ਪਾਕ ਫਿਜ਼ਾਂ ਦੇ ਨੇ ਆਓ ਤੁਹਾਨੂੰ ਮੈਂ ਦੱਸਾਂ ਮੈਂ ਕਿਉਂ ਆਈ ਹਾਂ। ਸ਼ਾਹੀ ਛੱਡ ਕੇ ਮੈਂ ਤਾਈਓ ਸਲਮਾਨ ਆਈ ਹਾਂ, ਉਸ ਤਖਤ ਤੇ ਆਪਣੀ
سلمان فارسی فرماندے نے کہ بہن فضا اوتھے تو خود حاکم سے ایتھے آ کے بن گئی محکوم اوتھوں دی زندگی وچ تے ایتھوں دی زندگی وچ تینوں کچھ فرق محسوس ہویا تے پاک فضا نے او دسا لگی زندگی اے مینوں بڑی پیاری اے بڑی پیاری اے سرکار فیضا آدھے نے تو اس پتھر دے بوسے لے لے جڑا جنت سے آیا او دا محمد مصطفیٰ نے بھی بوسا لیا تو محمد مصطفیٰ نے ایک کو آج کیتا ہے آپ نے ایک مرتبہ حجرِ اسود دا بوسا لیا یہ ان کو نہیں پتا کہ حجرِ اسود نے بوسا لیا آبدا یہ اللہ ہی جانے تے حضرت فضا نے جڑے لالاں دے نبی کریم منہ چم دے تھک دے ہی نہیں تے میں انہاں نوں کنگیاں کردی رہندی ہاں انہاں دیاں زلفاں سوار دی رہندی ہاں جنا جنت چوائے کم تیرے کم تیرے میری جنت تے سیدہ